ਅੱਜ ਸਾਡੀ ਏਕਤਾ ਲਹਿਰ ਦੀ ਟੀਮ ਬੈਂਕ ਆਫ ਬੜੌਦਾ ਬੀ ਸੀ ਪੁਆਇੰਟ ਦੇ ਆਈ ਹੈ, ਜੋ ਕਿ ਹਰ ਲੇਡੀਜ਼ ਨੂੰ 500-500 ਰੁਪਈਆ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵੱਲੋਂ ਭਾਰਤ ਸਰਕਾਰ ਪਾ ਰਹੀ ਹੈ 3 ਮਹੀਨੇ ਵਾਸਤੇ, ਜੋ ਕਿ ਅਸੀਂ ਬੈਂਕ ਆਫ ਬੜੌਦਾ ਬੀ ਸੀ ਪੁਆਇੰਟ ਪਹੁੰਚੇ ਹਨ। ਉਹ ਉੱਥੇ ਬੈਂਕ ਆਫ ਬੜੌਦਾ ਦੇ ਜਿਹੜੇ ਮੁਲਾਜ਼ਮ ਆ ਯੋਧੇਦਾਰ ਆ, ਉਹ ਸਾਰਿਆਂ ਨੂੰ ਰੂਲ ਫੋਲੋ ਕਰਦੇ ਹੋਏ ਵੀ ਕਰੋਨਾ ਕਰਕੇ ਕਿੱਦਾਂ ਕਿੱਦਾਂ ਵਿਰਲੇ ਰਹਿਣਾ ਵਾ, ਕਿੰਨੀ ਕਿੰਨੀ ਦੂਰ ਰਹਿਣਾ ਵਾ, ਅਤੇ ਉਹਨਾਂ ਨੂੰ ਸਾਰਿਆਂ ਨੂੰ ਰੂਲ ਫੋਲੋ ਕਰਦੇ ਹੋਏ ਹਰਜੀਮਤ ਸਿੰਘ ਜੀ, ਬੈਂਕ ਆਫ ਬੜੌਦਾ ਬੀ ਸੀ ਪੁਆਇੰਟ। ਹਾਂਜੀ ਭਾਅ ਜੀ, ਕਿੱਦਾਂ ਠੀਕ ਕਰ ਰਹੇ ਕੰਮ ਸਾਰਾ ਤੁਸੀਂ? ਹਾਂਜੀ ਹਾਂਜੀ ਸਰ, ਲੋਕਾਂ ਨੂੰ ਸਮੇਂ ਸਮੇਂ 'ਤੇ ਸਮਝਾਉਣਾ ਪੈ ਰਿਹਾ ਆ। ਠੀਕ ਹੈ ਜੀ, ਲੇਕਿਨ ਇਹ ਹੈਗਾ ਸਾਰੇ ਅਨੁਸ਼ਾਸਨ ਦਾ ਪਾਲਣ ਕਰ ਰਹੇ ਆ, ਸੋਸ਼ਲ ਡਿਸਟੈਂਸਿੰਗ ਸਾਰਿਆਂ ਨੇ ਰੱਖੀ ਹੋਈ ਆ। ਠੀਕ ਹੈ ਜੀ, ਜਿਹੜੇ ਆ ਸਾਰਿਆਂ ਨੂੰ ਪੈਸੇ ਦਿੱਤੇ ਜਾ ਰਹੇ ਆ ਜੀ। ਅੱਛਾ ਜੀ, ਕਿੱਦਾਂ ਮਤਲਬ ਕਿਸੇ ਲੋਕ ਸਹੀ ਤਰ੍ਹਾਂ ਨਾਲ ਪੈਸੇ ਲੈ ਰਹੇ ਆ, ਕੋਈ ਭੀੜ ਭੜਕਾ ਤਾਂ ਨਹੀਂ ਪਾ ਰਹੇ? ਨਹੀਂ, ਮੈਂ ਦੇਖਿਆ ਤਾਂ ਕੁਛ ਹੈ ਨਹੀਂ ਇੱਦਾਂ, ਸਭ ਕੁਛ ਸਹੀ ਚੱਲ ਰਿਹਾ। ਜੇ ਕੋਈ ਹੋਵੇ ਤਾਂ ਉਸੇ ਵੇਲੇ ਅਸੀਂ ਉਹਨਾਂ ਨੂੰ ਸਾਵਧਾਨ ਕਰ ਦਈਦਾ ਆ, ਕਰੋਨਾ ਬਾਰੇ ਜਾਣਕਾਰੀ ਦੱਸਦੇ ਪਏ ਹਾਂ ਕਿ ਜੇ ਆਪਾਂ ਦੂਰ ਰਹਾਂਗੇ ਤਾਂ ਬਚਾਂਗੇ। ਠੀਕ 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 ਹੈ ਸਰ।